नंबर नजदीक संत ईश्वर सिंह आश्रम राड़ा साहब जी वालों की सालाना बरसी संत बाबा हरभजन सिंह की अगुवाई में मनाई गई, जहां धार्मिक दीवान सजाए गए और गुरु की वाणी के पवित्र कीर्तन का आगाज भी हुआ और गुरु के अटूट लंगर भी लगाए गए। इस बरसी समागम के दौरान संत बाबा मान सिंह पिहोवा वाले और बाबा हरभजन सिंह ने कहा कि इस स्थान पर हर साल महापुरुषों की सालाना बरसी मनाई जाती है, जिसको लेकर इलाके की संगत में खासा उत्साह देखने को मिलता है। और उन्होंने ये भी कहा कि हमें गुरुओं के बताए रास्ते पर चलने की प्रेरणा मिलती है। गुरुद्वारा के प्रबंधक गुरमुख सिंह ने कहा कि पूरे साल श्रद्धा से महापुरुषों की बरसी हर साल की तरह मनाई जा रही है। नाभा से राजेश बजाज। अपने सराजपुर प्रोग्राम रखिया संत भजन सिंह होर ने, सानू बड़ी खुशी होंगी है। एक महापुरख राले वाले ऐसे महापुरख हुए ने जिन्हों की याद में हजार आश्रम केंद्र उन्हों की याद में खुल चुके हैं और खुल रहे हैं। उन्हों की कमाई इन्नी वड्डी सी कि जी कहन कथन तो बाहर सी, जिवें समुद्र दे विच हजार नदियां निकलदियां ने ते हजार नदियां समुद्र चों निकल के फिर समुद्र च ही समा जांदियां ने। इवें संत महाराज दे जिन्ने भी श्रद्धालु सेवक सिख साध संत जो भी हन ਉਹ ਸਭ ਉਹਨਾਂ ਦੀ ਬਖਸ਼ਿਸ਼ ਦੀ ਦੇਣ ਨੇ। ਜੋ ਸਮਾਗਮ ਆ ਜੀ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਹਰਭਜਨ ਸਿੰਘ ਜੀ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਨਾਲ ਰਲ ਮਿਲ ਕੇ ਮਨਾਇਆ ਜਾਂਦਾ ਹੈ, ਜਿਸ ਵਿੱਚ ਆ ਕੇ ਬਹੁਤ ਸਾਰੇ ਮਹਾਂਪੁਰਸ਼ ਵਿਦਵਾਨ ਗੁਣੀ ਗਿਆਨੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਸੰਗਤਾਂ ਨੂੰ ਜੋੜਦੇ ਹਨ। ਗੁਰਬਾਣੀ ਦਾ ਸੰਦੇਸ਼ ਜੋ ਮਹਾਂਪੁਰਸ਼ਾਂ ਨੇ ਸੰਸਾਰ ਵਿੱਚ ਵੰਡਿਆ ਉਸੇ ਹੀ ਪ੍ਰਚਾਰ ਨੂੰ ਉਸੇ ਗੁਰਬਾਣੀ ਦੇ ਪ੍ਰਚਾਰ ਨੂੰ ਮਹਾਂਪੁਰਸ਼ ਉਸੇ ਤਰ੍ਹਾਂ ਹੀ ਬਰਕਰਾਰ ਰੱਖਣ ਵਾਸਤੇ ਇਹ ਸਮਾਗਮ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਨ੍ਹਾਂ ਨੇ ਜੀਵਨ ਨੂੰ ਜਿਉਇਆ ਆਪ ਤਰੇ ਔਰ ਬੇਅੰਤ ਸੰਗਤਾਂ ਨੂੰ ਤਰ ਕੇ ਲੈ ਕੇ ਗਏ ਨੇ, ਸ਼੍ਰੀਮਾਨ ਸੰਤ ਸੁਖਦੇਵ ਸੰਤ ਕਿਸ਼ਨ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਔਰ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਉਹਨਾਂ ਦੀ ਸਾਲਾਨਾ ਯਾਦ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਔਰ ਸ਼੍ਰੀਮਾਨ ਸੰਤ ਹਰਭਜਨ ਸਿੰਘ ਜੀ ਸਰਾਜਪੁਰ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਸਦਕਾ ਇਹ ਸਮਾਗਮ ਅੱਜ ਇੱਥੇ ਪ੍ਰਾਰੰਭ ਕੀਤਾ ਗਿਆ, ਜਿਸ ਦੇ ਵਿੱਚ ਬੇਅੰਤ ਰਾਗੀ ਢਾਡੀ ਪ੍ਰਚਾਰਕ ਕਥਾਵਾਚਕ ਪਹੁੰਚੇ ਨੇ। ਬੇਅੰਤ ਕਿਸਮਾਂ ਦੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾ ਰਹੇ ਨੇ। ਬੇਅੰਤ ਸੰਗਤਾਂ ਇਸ ਵਿੱਚ ਸਹਿਯੋਗ ਬਖਸ਼ ਰਹੀਆਂ ਨੇ। ਸੋ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਅਤੇ ਉਹਨਾਂ ਮਹਾਂਪੁਰਸ਼ਾਂ ਨੂੰ ਨਤਮਸਤਕ ਨੂੰ ਇਹ ਕੋਟਾਨ ਕੋਟ ਪ੍ਰਣਾਮ ਕਰਦਾ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਕਿਰਪਾ ਕਰਨ ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਸੋਝੀ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।